कहिंदे ने कि बिना भागा तो सेवा भी नसीब नहीं हुंदी। सेवा भी ओह कर सकदा है जिस नूं वाहिगुरु दा हुक्म होवे। अज असीं तुहानू उस नौजवान बारे दसन जा रहे हां जिसने वक्री मिसाल कायम कीती है। गुरदासपुर दा रहण वाला 25 साला जगरूप सिंह उस समय 4 साल दा सी जदों उसदे मापे उसनूं छड के वाहिगुरु दे कोल चले गए अते ओह इस दुनिया दे विच इकला रह गया। बिना मापिया दा बच्चा जगरूप सिंह गलत काम करन दी बजाए सिक्खी दे नाल जुड़िया अते सेवा करनी शुरू कीती। छोटी उम्र दे विच ही लोक भलाई दे काम करन लगा अते हुण पिंड दे विच इक आश्रम बना रहा है तां जो कि ओना बुजुर्ग लोका दी सेवा कर सके जिन्हां दा इस दुनिया दे विच कोई नहीं। मीडिया अगे बोलदे होए जगरूप सिंह अते उसदी पत्नी ने जो कुछ कहा सुन के हर कोई भावुक हो जाएगा। जेड़ा हालात बहुत तुसी वेख रहे कि पंजाब विच बहुत ज्यादा माड़े हालात हो चुके ने। जो अज असी एक बिरध आश्रम बना रहे हैं उहदे विच असी जिद्दां मान लो जिन्हां दा कोई बेसहारा कोई नहीं हैगा जिन्हां दा मतलब कह लईए कि जिहड़े लवार सी जिन्हां दा कोई मगर कोई घर नहीं आ बाहर नहीं आ उन्हां वास्ते एक आश्रम बना रहे हैं कि मतलब साडी कोशिश ही मेरी यह कोशिश ही कि चलो मैं अपने माँ प्यो की सेवा नहीं कर सकिया जां जिहड़े मेरे मावां वर्गे जां ਪਿਓਾਂ ਵਰਗੇ ਜਿਹੜੇ ਆਉਣਗੇ ਉਹਨਾਂ ਦੀ ਸੇਵਾ ਕਰ ਸਕਾਂ ਕਿਉਂਕਿ ਇਹ ਸੇਵਾ ਸਭ ਤੋਂ ਵੱਡੀ ਆ ਜਿਹੜੀ ਆਪਾਂ ਹੋਰ ਥਾਵਾਂ 'ਤੇ ਸੇਵਾ ਜਾ ਕੇ ਬਹੁਤ ਮੱਥੇ ਰਗੜਦੇ ਹਾਂ। ਮੱਥੇ ਰਗੜਨ ਦੇ ਬਹੁਤ ਵਧੀਆ ਗੱਲ ਆ, ਮੱਥਾ ਟੇਕਣਾ ਇੱਕ ਗੁਰੂ ਨੂੰ ਨਮਸਕਾਰ ਕਰਨੀ ਬਹੁਤ ਵਧੀਆ ਗੱਲ ਆ, ਪਰ ਜਿਹੜੀ ਇਹ ਸੇਵਾ ਵਾ ਇਹ ਵੀ ਇੱਕ ਜਿਹੜੀ ਵੱਖਰੀ ਸੇਵਾ ਵਾ। ਸਾਨੂੰ ਸਾਥ ਦੀ ਲੋੜ ਆ, ਸਾਰੇ ਸਾਥ ਦਿਓ ਕਿਉਂਕਿ ਸਾਥ ਨਾਲ ਹੀ ਇਹ ਜਿਹੜਾ ਕੰਮ ਹੋ ਸਕਦਾ ਵਾ। ਬਾਕੀ ਇਹਦੇ ਵਿੱਚ ਇਹ ਆਸ਼ਰਮ ਵਿੱਚ ਇਹ ਨਹੀਂ ਆ ਕਿ ਜਿਹੜਾ ਮੁੰਡਿਆਂ ਨੇ ਘਰੋਂ ਕੱਢ ਤੇ ਆਪਣੇ ਮਾਂ ਪਿਓ ਅਤੇ ਆਪਾਂ ਉਹਨਾਂ ਨੂੰ ਇੱਥੇ ਰੱਖਾਂਗੇ ਜਾਂ ਕੋਈ ਬਾਹਰ ਚੱਲ ਜਾਂਦਾ ਤਾਂ ਆਪਣੇ ਮਾਂ ਪਿਓ ਨੂੰ ਇੱਥੇ ਛੱਡ ਜਾਵੇ ਆਸ਼ਰਮਾਂ ਵਿੱਚ, ਨਾ ਉਹਨਾਂ ਨੂੰ ਘਰ ਪਹੁੰਚਾਇਆ ਜਾਊਗਾ। ਬਾਕੀ ਲਵਾਰ ਸਾਲ ਦੇ ਵਿੱਚ ਸਾਨੂੰ ਕੋਈ ਮਾਂ ਭੈਣ ਜਾਂ ਕੋਈ ਵੀ ਮਿਲਦਾ ਬਜ਼ੁਰਗ ਅਤੇ ਉਹਨੂੰ ਆਪਾਂ ਇੱਥੇ ਲਿਆ ਕੇ ਉਹਨਾਂ ਦੀ ਸੇਵਾ ਕਰਾਂਗੇ ਤਨ ਦੇ ਨਾਲ। ਮੇਰੀ ਉਦੋਂ ਬੈਕਗਰਾਊਂਡ ਭਾਅ ਜੀ ਮੈਂ 5 ਸਾਲ ਦਾ ਸੀ ਜਦੋਂ ਮਾਂ ਪਿਓ ਚਲੇ ਗਏ। ਜਦੋਂ ਮਾਂ ਪਿਓ ਚਲੇ ਜੇ ਬਹੁਤ ਔਖਾ ਹੋ ਜਾਂਦਾ ਵਾ, ਇਕੱਲਾ ਬੰਦਾ ਮਤਲਬ ਇਕੱਲਾ ਬਹਿ ਬਹਿ ਸੋਚਦਾ ਰਿਹਾ ਵਾਂ ਕੀ ਕਰਾਂ ਕੀ ਨਾ ਕਰਾਂ, ਕਿਉਂਕਿ ਜਦੋਂ ਗੁਰੂ ਸਾਹਿਬ ਦਾ ਲੜ ਫੜਿਆ, ਗੁਰੂ ਨੇ ਲੜ ਗੁਰੂ ਦਾ ਨਾਂ ਲਿਆ ਜਾਂ ਗੁਰੂ ਦੀ ਬਾਣੀ ਪੜ੍ਹਦੇ ਰਹੇ ਹਾਂ ਅਤੇ ਗੁਰੂ ਨੇ ਇੱਥੋਂ ਤੱਕ ਪਹੁੰਚਾਇਆ ਵਾ, ਕਿਉਂਕਿ ਅੱਗੇ ਵੀ ਸਾਡੀ ਕੋਸ਼ਿਸ਼ ਹੋਊਗੀ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨਦੇ ਇਹ ਤਨ ਦੇਹੀ ਨਾਲ ਸੇਵਾ ਕਰਾਵਾਂਗੇ। ਕੋਈ ਆਪਾਂ ਫੇਮਲੀ ਜਾਂ ਕੋਈ ਫੇਮਸ ਹੋਣ ਲਈ ਸੇਵਾ ਨਹੀਂ ਕਰ ਰਹੇ, ਇਹ ਇੱਕ ਦਿਲੋਂ ਮਤਲਬ ਸੇਵਾ ਵਾ, ਦਿਲੋਂ ਮਤਲਬ ਸਾਨੂੰ ਹੁੰਦਾ ਕਿ ਅਸੀਂ ਸੇਵਾ ਕਰੀਏ। ਸਾਰਾ ਪਿੰਡ ਭਾਅ ਜੀ ਮੇਰਾ ਇਸ ਮਤਲਬ ਆਸ਼ਰਮ ਦੇ ਵਿੱਚ ਵਿਰੋਧ 'ਚ ਆ ਕਿ ਇਹ ਬੰਦਾ ਕਿਉਂ ਕਰ ਰਿਹਾ, ਬੰਦਾ ਇੱਥੋਂ ਤੱਕ ਕਿਉਂ ਪਹੁੰਚ ਗਿਆ। ਪਰ ਜਿਹੜੇ ਬੰਦੇ ਨੇ ਹੱਡ ਬੀਤੀ ਹੋਈ, ਜਿਹੜੇ ਬੰਦੇ ਨੂੰ ਪਤਾ ਹੋਏ, ਉਹ ਬੰਦੇ ਨੂੰ ਇਸ ਚੀਜ਼ ਦਾ ਪਤਾ ਹੋਊਗਾ। ਬਾਕੀ ਲੋਕ ਟੀਚਰਾਂ ਵੀ ਕਰਦੇ ਆ, ਜਿੱਦਾਂ ਬੈਂਕਾਂ ਕਹਿ ਲਈਏ, ਬੈਂਕਾਂ 'ਤੇ ਬੈਠ ਕੇ ਜਾਂ ਗੁਰੂ ਘਰਾਂ 'ਚ ਬਹਿ ਕੇ ਲੋਕ ਟੀਚਰਾਂ ਕਰਦੇ, ਯਾਰ ਕਿੰਨੇ ਕੁ ਬਜ਼ੁਰਗ ਆ ਗਏ ਉੱਥੇ, ਕੀ ਕੁਛ ਬਣ ਗਿਆ, ਕੀ ਮਤਲਬ ਉਹਨਾਂ ਨੂੰ ਇਹ ਆ ਕਿ ਪਤਾ ਨਹੀਂ ਇਹਨੇ ਇਹ ਮੁਕਾਮ ਤੱਕ ਉਦਘਾਟਨ ਵੀ ਕਰ ਸਕਣਾ ਕਿ ਨਹੀਂ ਕਰ ਸਕਣਾ। ਮੈਂ ਇਹ ਚਾਹੁੰਦੀ ਹਾਂ ਕਿ ਮੇਰੇ ਹਸਬੈਂਡ ਜਗਰੂਪ ਸਿੰਘ ਉਹਨਾਂ ਨੂੰ ਵੱਧ ਤੋਂ ਵੱਧ ਸਪੋਰਟ ਕੀਤਾ ਜਾਵੇ। ਕਈ ਲੋਕ ਹੈਗੇ ਆ ਕਿ ਜਿਹੜੇ ਉਹਨਾਂ ਨੂੰ ਭੰਡਣ ਡੇ ਆ, ਸੋਚਦੇ ਆ ਕਿ ਸ਼ਾਇਦ ਇਹ ਪੈਸਿਆਂ ਕਰਕੇ ਕਰਦੇ ਹੈਗੇ ਸਾਰਾ ਕੁਛ, ਤਾਂ ਮੈਂ ਦੱਸ ਦੇਵਾਂ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਤੁਸੀਂ ਆਪ ਆ ਕੇ ਇੱਥੇ ਦੇਖ ਸਕਦੇ ਹੋ, ਜਿੰਨੀ ਕੁ ਸੇਵਾ ਹੁੰਦੀ ਆ ਕਰ ਸਕਦੇ ਹੋ। ਬਾਕੀ ਵੱਧ ਤੋਂ ਵੱਧ ਸਹਿਯੋਗ ਦਿਉ ਅਤੇ ਉਹਨਾਂ ਨੂੰ ਸਪੋਰਟ ਕਰੋ। ਮੇਰੇ ਵੱਲੋਂ ਉਹਨਾਂ ਨੂੰ ਪੂਰਾ ਸਹਿਯੋਗ ਆ, ਜਿੱਥੇ ਸਲਾਹ ਦੇਣ ਦੀ ਲੋੜ ਪੈਂਦੀ ਉੱਥੇ ਪੂਰੀ ਸਲਾਹ ਦੇਈਦੀ ਆ, ਅਤੇ ਜਿੱਥੇ ਕੋਈ ਹੋਰ ਉਹਨਾਂ ਨੂੰ ਤੰਗੀ ਪੇਸ਼ੀ ਆਉਂਦੀ ਆ ਅਤੇ ਹੈਲਪ ਕਰੀਦੀ ਆ। ਬਿਰਧ ਆਸ਼ਰਮ ਮੇਰੇ ਖਿਆਲ ਨਾਲ ਜਿਨ੍ਹਾਂ ਦੇ ਬੱਚੇ ਉਹਨਾਂ ਨੂੰ ਘਰੋਂ ਕੱਢ ਦਿੰਦੇ ਨੇ, ਨਸ਼ੇ ਤੁਹਾਨੂੰ ਪਤਾ ਅੱਜ ਕੱਲ੍ਹ ਕਿੰਨੇ ਚੱਲ ਰਹੇ ਨੇ, ਨਸ਼ੇ ਦੀ ਹਾਲਤ ਵਿੱਚ ਬੱਚੇ ਜਿਹੜੇ ਆਪਣੇ ਮਾਂ ਪਿਓ ਨੂੰ ਪੇਰੈਂਟਸ ਨੂੰ ਘਰੋਂ ਕੱਢ ਰਹੇ ਨੇ, ਘਰ ਦਾ ਸਾਰਾ ਸਮਾਨ ਵੇਚ ਰਹੇ ਨੇ। ਇਸ ਤੋਂ ਇਲਾਵਾ ਕਈ ਇਹੋ ਜਿਹੇ ਵੀ ਮਾਂ ਪਿਓ ਹੁੰਦੇ ਨੇ ਜਿਨ੍ਹਾਂ ਦੇ ਬੱਚੇ ਮਤਲਬ ਜਵਾਨੀ ਦੇ ਵਿੱਚ ਹੀ ਡੈਥ ਹੋ ਜਾਂਦੀ ਆ, ਉਹਨਾਂ ਨੂੰ ਸਾਂਭ ਸੰਭਾਲ ਕਰਨ ਵਾਲਾ ਕੋਈ ਨਹੀਂ ਹੁੰਦਾ ਹੈਗਾ, ਸ਼ਾਇਦ ਉਹਨਾਂ ਨੂੰ ਸੰਭਾਲਣ ਵਾਸਤੇ ਇਸ ਆਸ਼ਰਮ ਦੀ ਲੋੜ ਹੈਗੀ ਹੈ। ਕਈ ਮੈਂਟਲੀ ਵੀ ਹੁੰਦੇ ਨੇ ਉਹਨਾਂ ਨੂੰ ਵੀ। ਸੋ ਨਸ਼ੇ ਦੀ ਦਲਦਲ ਵਿੱਚ ਫਸਦੀ ਜਾ ਰਹੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਸ ਸਿੱਖ ਵੀਰ ਤੋਂ ਕੁਝ ਸਿੱਖਣ ਦੀ ਲੋੜ ਹੈ। ਸਕੈਨਿਸ ਪੰਜਾਬ ਦੇ ਲਈ ਗੁਰਦਾਸਪੁਰ ਤੋਂ ਬਿਊਰੋ ਰਿਪੋਰਟ। ਕਾਲੇ ਇਲਮ ਤੇ ਰੂਹਾਨੀ ਇਲਮਾਂ ਦੇ ਮਾਹਿਰ ਬਾਬਾ ਆਲਮ ਸ਼ਾਹ ਜੀ, 5 ਮਿੰਟਾਂ ਦੇ ਵਿੱਚ ਕਾਲੇ ਇਲਮ ਦਾ ਸਮਾਧਾਨ ਗਰੰਟਿਡ ਕਰਵਾਓ, ਅਸੀਂ ਕਹਿੰਦੇ ਨਹੀਂ ਕਰਕੇ ਦਿਖਾਉਨੇ ਆ। ਨੰਬਰ ਨੋਟ ਕਰੋ 9850-17717। ਸਮੱਸਿਆ ਜਿਵੇਂ ਲਵ ਮੈਰਿਜ, ਮਨਚਾਇਆ ਪਿਆਰ, ਵਸ਼ੀਕਰਨ ਕਰਨਾ ਜਾਂ ਤੁੜਵਾਉਣਾ, ਕਾਰੋਬਾਰ ਦਾ ਨਾ ਚੱਲਣਾ, ਗ੍ਰਹਿ ਕਲੇਸ਼, ਵਿਆਹ ਦੇ ਲਈ ਮਾਂ ਬਾਪ ਦੀ ਮਨਜ਼ੂਰੀ, ਪਤੀ ਪਤਨੀ ਦੇ ਵਿੱਚ ਅਣਬਣ, ਵਿਦੇਸ਼ ਦੇ ਵਿੱਚ ਪੱਕਾ ਹੋਣਾ, ਕੋਰਟ ਕਚਹਿਰੀ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਸਵਾਲ ਪੁੱਛਣ ਦੀ ਕੋਈ ਫੀਸ ਨਹੀਂ, ਕਿਸੇ ਦੁਖੀ ਭੈਣ ਭਰਾ ਦਾ ਪਤੀ ਪ੍ਰੇਮੀ ਬੇਟਾ ਕਿਸੇ ਦੇ ਵਸ਼ ਵਿੱਚ ਹੈ ਤਾਂ ਤੁਰੰਤ ਸੰਪਰਕ ਕਰੋ। ਘਰ ਬੈਠੇ ਫੋਨ ਤੇ ਹਰ ਸਮੱਸਿਆ ਦਾ ਹੱਲ ਕਰਵਾਓ। ਪਤਾ ਲੁਧਿਆਣਾ। ਨੰਬਰ ਨੋਟ ਕਰੋ 9850-17717। ਹਰ ਖਬਰ ਦੀ ਤਾਜ਼ਾ ਅਪਡੇਟ ਜਾਣਨ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ Facebook ਪੇਜ ਨੂੰ ਲਾਈਕ ਅਤੇ ਸ਼ੇਅਰ ਕਰੋ।